ਇਹਨਾਂ ਨਸ਼ਾ ਵੇਚਣ ਅਤੇ ਪੀਣ ਵਾਲੇ ਨੇ ਸਾਡੇ ਗੁਰੂ ਘਰ ਵੀ ਨਹੀਂ ਬਖਸ਼ੇ। ਜਿਨੀ ਹਰਿਮੰਦਰ ਸਾਹਿਬ ਦੇ ਬਾਹਰ ਦੇ ਰਸਤੇ ਤੇ ਨੌਜਵਾਨ ਨਸ਼ੇ ਦੇ ਨਾਲ ਰੱਜਿਆ ਮਿਲਿਆ ਜਦੋਂ ਕਿਸੇ ਸ਼ਰਧਾਲੂ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਜਿਸ ਵਿੱਚ ਇਸ ਨੇ ਮੰਨਿਆ ਕਿ ਇਹ ਨਸ਼ਾ ਕਰਦਾ ਹੈ ਅਤੇ ਹੁਣ ਆਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਨਸ਼ਾ ਪੂਰੇ ਜ਼ੋਰਾਂ ਤੇ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ। हेलो ओ उठ कितों आया इतने ही करने तू नशा किया तू है कम नाइट लगाई सी नींद आती नींद आनी नींद तो आती है कितने नाइट ला गया है इतने कमरे लगाई दे है ना कमरे लाई दे तू नशा कीता वीर तू नशा कीता की खाना पीना है केड़ी प्रेगा ओ की हुंदा नशे दा है ਤੁਸੀਂ ਇੱਥੇ ਗੰਦ ਪਾਇਆ ਮੈਂ ਹਿਸਾਬ ਲਾਇਆ ਤੁਹਾਡਾ ਹੌਲੀ ਬੋਲੋ ਚੱਲ ਤਿੱਤ ਪੰਜ ਹੋ ਜਾ ਹਨੇਰੀ ਹੋ ਜਾ ਹਨੇਰੀ ਇੱਥੇ ਲੱਗ ਲੱਗ ਨਾ ਐਨੂੰ ਚੱਲ ਮਾਮਾ ਘਰ ਤੇਰਾ ਨੇੜੇ ਤੂੰ ਉਵੇਂ ਤੂੰ ਆਖੇ ਨਾ ਨੀਂਦ ਆਈ ਤੈਨੂੰ ਕਿੱਥੇ ਆ ਆ ਰਿਹਾ ਭਾਜੀ ਇੱਕ ਮਿੰਟ ਇੰਨਾ ਗੰਦ ਪਾਇਆ ਕੁੜੀ ਜਮਿਆ ਮੈਨੂੰ ਕੱਲ ਤੋਂ ਇੱਥੇ ਵਿਖਣਾ ਨਹੀਂ ਚਾਹੀਦਾ ਤੂੰ ਦੜੰਗੀ ਹੋ ਜਾ ਦੜੰਗੀ ਇੱਕ ਮਿੰਟ ਭਾਜੀ ਇਹਦੇ ਹੋਰ ਹੈਗੇ ਪੰਜ ਸੱਤ ਜਾਣੇ ਉਹ ਵੀ ਵੇਖਾਂ ਮੈਂ ਕਿੱਥੇ ਇਹ ਮੈਂ ਕੁੜੀ ਇੱਥੋਂ